ਸਤਿ ਸ਼੍ਰੀ ਅਕਾਲ ਜੀ, ਆਪ ਸਾਰਿਆਂ ਨੂੰ ਸਾਡੇ ਚੈਨਲ 'ਤੇ ਯੂਟਿਊਬ ਚੈਨਲ 'ਤੇ ਸਵਾਗਤ ਹੈ ਸਭ ਦਾ। ਅਸੀਂ ਤੁਹਾਨੂੰ ਵਿਖਾਵਾਂਗੇ ਪਲੇਟਾਂ ਕਿਵੇਂ ਪਾਈ ਦੀਆਂ। ਆਪਾਂ ਉਦਣ ਵੀਡੀਓ 'ਚ ਦੱਸਿਆ ਸੀ ਪਲੇਟਾਂ ਪਾਉਣ ਦਾ ਤਰੀਕਾ ਜੀ। ਆਪਾਂ ਦੱਸਾਂਗੇ ਪਲੇਟਾਂ ਦੇ ਵਿੱਚ ਕਿੰਨਾ ਕੱਪੜਾ ਲਈਦਾ ਅੰਦਰ। ਆਹ ਆਪਾਂ ਇਹਦੇ 'ਤੇ ਥੋੜ੍ਹੀਆਂ ਪੱਟੀਆਂ ਬਣਾ ਲਈਆਂ, ਚਾਰ ਪੱਟੀਆਂ ਬਣਾਈਆਂ। ਚਾਰ ਪੱਟੀਆਂ ਦੇ ਦੋ ਬੈਕ ਸਾਈਡ ਲੱਗਣੀਆਂ, ਦੋ ਫਰੰਟ ਸਾਈਡ। ਹਾਂਜੀ, ਇਹ ਤੁਹਾਨੂੰ ਅਸੀਂ ਪਾਉਣ ਦਾ ਤਰੀਕਾ ਦੱਸਦੇ ਹਾਂ ਜੀ। ਆਪਾਂ ਐਵੇਂ ਪਲੋਈ ਪਾਉਣ ਦਾ ਤਰੀਕਾ ਦੱਸਦੇ ਹਾਂ ਜੀ। ਆਹ ਵੇਖੋ, ਆਪਾਂ ਅੱਧੇ ਇੰਚ ਦਾ ਵੀ ਇੱਕ ਪੁਆਇੰਟ ਘੱਟ ਕੱਪੜਾ ਲੈਣਾ ਇੱਥੋਂ ਸਟਾਰਟਿੰਗ ਜੀ। ਬਾਕਾ ਆਪਾਂ ਥੋੜ੍ਹਾ ਜਿਹਾ ਛੋਟਾ ਹੀ ਰੱਖਣਾ। ਇੰਨਾ ਹੀ ਕੱਪੜਾ ਆਪਾਂ ਇਹਦੇ 'ਤੇ ਵੀ ਆਪਾਂ ਇੰਨਾ ਹੀ ਕੱਪੜਾ ਲੈਣਾ। ਐਂ ਕਰਕੇ ਸਿੱਧੀ ਪਲੋਈ ਨਹੀਂ ਚੱਕਣੀ। ਆਹ ਦੇਖੋ, ਆਪਾਂ ਪਲੋਈ ਨਾ ਇਸ ਤਰ੍ਹਾਂ ਨਹੀਂ ਚੱਕਣੀ ਸਿੱਧੀ, ਹੈ ਆਪਾਂ ਐਂ ਗਲਾਈ ਚੱਕਣੀ ਹੈ ਤਿਰਛੀ, ਅਤੇ ਫਿਰ ਇਹਦੇ 'ਚ ਵੱਟਣੀ ਆਉਣਗੇ, ਬਣਨੀ ਪੈਣੀ ਹੈ। ਆਹ ਦੇਖੋ ਜੀ, ਆਪਾਂ ਪਲੋਈ ਨੂੰ ਨਾ ਥੋੜ੍ਹਾ ਥੋੜ੍ਹਾ ਹਲਕਾ ਹਲਕਾ ਥੱਲੇ ਤਾਰ ਦੇਣੀ ਆ। ਪਲੋਈ ਤਿਰਛੀ ਬਣਾਉਣੀ ਹੈ, ਜਦੋਂ ਆਪਾਂ ਸਾਰੇ ਕੱਪੜੇ ਨੂੰ ਇਕੱਠਾ ਵੇ ਕਰ ਦੋਗੇ ਤਾਂ ਫਿਰ ਸਿੱਟ ਨਹੀਂ ਆਉਣੀ। ਆਹ ਚੀਜ਼ ਥੋੜ੍ਹਾ ਥੋੜ੍ਹਾ ਅੰਦਰੋਂ ਦੇਣਾ। ਆਹ ਸੀ ਆਪਣੀਆਂ ਸਾਈਡ ਵਾਲੀਆਂ ਪਲੋਈਆਂ। ਹੁਣ ਆਪਾਂ ਪਾਵਾਂਗੇ ਆਹ ਪਲੋਈ, ਇਹਦੇ ਆਪਾਂ ਨੀਚੇ ਕੱਪੜਾ ਲਾ ਦਾਂਗੇ ਨਾ, ਜਿਹੜੀਆਂ ਪੱਟੀਆਂ ਬਣਾਈਆਂ ਹੋਈਆਂ ਉਹ ਆਪਾਂ ਇਹਦੇ ਨੀਚੇ ਲਗਾ ਦਾਂ। ਐਂ ਲਗਾਉਣ ਲਾਉਣੀ ਜਾ, ਦੇਖਣ ਆਹ ਪੱਟੀ ਲੈਣੀ ਆਪਾਂ। ਪਲੋਈ ਆਪਣੀ ਪਲੇਟ ਹੈਗੀ 7 ਇੰਚ ਦੀ, 7 ਤੋਂ ਆਪਾਂ ਅੱਧਾ ਇੰਚ ਵੱਧ ਪੇ ਲੈਣੀ ਪੱਟੀ, ਜਿਹੜੀ ਪੱਟੀ ਲਈ ਹੁੰਦੀ ਆਪਣੀ 7.5 ਇੰਚ ਦੀ, ਉਹਦੇ 'ਚ ਆਪਾਂ ਐਂ ਰੱਖਣਾ। ਇੱਦਾਂ ਰੱਖ ਕੇ ਨਾ ਦੋਵੇਂ ਪਾਸੋਂ ਅੱਧਾ ਅੱਧਾ ਇੰਚ ਵੱਧ ਹੋਵੇ ਥੋੜ੍ਹਾ ਥੋੜ੍ਹਾ। ਅਤੇ ਜਿਹੜੀ ਆਪਾਂ ਸਿਲਾਈ ਰੱਖਣੀ ਉਹ ਇਹ 'ਤੇ ਰੱਖਣੀ, ਪੱਟੀ 'ਤੇ ਰੱਖਣੀ ਹੈ। ਅਤੇ ਇਹ ਪੱਟੀ 'ਤੇ ਰੱਖ ਕੇ ਥੋੜ੍ਹਾ ਥੋੜ੍ਹਾ ਅੰਦਰ ਲਿਜਾਣਾ। ਇਹ ਆਪਾਂ ਜਿਵੇਂ ਰੱਖਣਾ ਤੁਹਾਨੂੰ ਦੱਸਦੇ ਹਾਂ ਇੰਚੀ ਟੇਪ ਨਾਲ। ਜਿਵੇਂ ਆਪਣਾ 7 ਸੀ, 7 ਤੋਂ ਆਪਾਂ ਨਾ ਇਹਦਾ ਹਾਫ ਕਰ ਲੈਣਾ, 3.5 ਇੰਚ, 3.5 ਇੰਚ ਰੱਖਣਾ, 3.5 ਇੰਚ ਦੇ ਅੰਦਰੋਂ ਨੇੜੇ ਰੱਖਣਾ। ਅਤੇ ਆਪਾਂ 1/2 ਇੰਚ ਤੋਂ 1 ਪੁਆਇੰਟ ਘੱਟ ਲੈਣਾ। ਆਹ ਚੀਜ਼ ਜਿਹੜੀ ਪਲੇਟ ਹੈ ਇਹਦੀ ਡੰਘਾਈ ਪਾਉਣੀ ਨਾ ਜਿਹੜੀ, ਇਹ 1/2 ਇੰਚ 1 ਪੁਆਇੰਟ ਘੱਟ।
ਹਾਂ ਦੇਖੋ ਜੀ, ਹੁਣ ਆਪਾਂ ਇੰਨਾ ਲਿਆ ਸੀ ਅੱਧੇ ਇੰਚ ਤੋਂ, ਆਪਾਂ ਇਹਦਾ ਹਾਫ ਕਰ ਲਿਆ ਸੀ ਅਤੇ ਪੱਟੀ 'ਤੇ ਨਸਿਓਣ ਮਾਰਨੀ ਹੈ ਇੱਧਰੋਂ, ਇਹ ਪੱਟੀ 'ਤੇ ਇੱਥੋਂ ਸਿਲਾਈ ਕਰਨੀ, ਪੱਟੀ 'ਤੇ ਤਾਰ ਦੇਣੀ ਹੈ ਸਿਲਾਈ ਲਗਾ ਕੇ ਪੂਰੀ ਸਿਲਾਈ। ਆਪਾਂ ਹੁਣ ਦੂਸਰੀ ਪਲੇਟ ਪਾਵਾਂਗੇ, ਇਹ 'ਤੇ ਵੀ ਆਪਾਂ ਇਵੇਂ ਕੱਪੜਾ ਲਾਵਾਂਗੇ, ਇੱਦਾਂ ਹੀ ਲਾਉਣਾ ਵੇ। ਆਹ ਦੇਖੋ ਜੀ, ਇਸ 'ਤੇ ਵੀ ਆਪਾਂ ਇਵੇਂ ਜਿਵੇਂ ਪਹਿਲਾਂ ਵਾਲੀ ਪੱਟੀ ਇੱਧਰ ਕਰੀ ਸੀ, ਪਲੇਟ ਪਾਈ ਸੀ, ਇਹਦੇ ਵੀ ਇੱਧਰ ਪਾਵਾਂਗੇ। ਇਹ 'ਤੇ ਜਦੋਂ ਆਪਣਾ ਹੱਥ ਟੇਕ ਜਾਂਦਾ ਫਿਰ ਤਾਂ ਆਪਾਂ ਉਵੇਂ ਪਤਾ ਲੱਗਣ ਲੱਗ ਜਾਂਦਾ ਵੀ ਕਿੰਨਾ ਕੁ ਆਪਾਂ ਕੱਪੜਾ ਅੰਦਰ ਨੂੰ ਲੈਣਾ। ਡੰਘਾਈ ਨਾ ਜਦੋਂ ਆਪਾਂ ਸਿਲਾਈ ਦੇਣੀ ਹੈ ਉਦੋਂ ਹਲਕੀ ਹਲਕੀ ਸਿਲਾਈ ਦੇ ਕੇ ਡੰਘਾਈ ਪਾਉਣੀ, ਇੱਕਦਮ ਨਹੀਂ ਪਾਉਣੀ, ਜਲਦੀ ਨਹੀਂ ਹਲਕੀ ਹਲਕੀ। ਇਹ ਤੁਹਾਨੂੰ ਵਿਖਾਉਂਦੇ ਹਾਂ ਅਸੀਂ, ਤੁਸੀਂ ਉਹਨਾਂ ਵੇਖੋ, ਬਹੁਤ ਸੋਹਣਾ ਬਣਿਆ। ਇਵੇਂ ਜਿਵੇਂ ਆਪਾਂ ਦੂਸਰੇ ਪਾਸੇ ਲਾ ਲਾਂਗੇ। ਹਾਂਜੀ, ਤੁਹਾਨੂੰ ਅੱਜ ਦੀ ਵੀਡੀਓ ਸੀ ਪਲੇਟ ਪਾਉਣ ਦਾ ਤਰੀਕਾ ਦੱਸਣਾ ਸੀ ਵੀ ਪਲੇਟ ਪੈਣ 'ਤੇ ਆਪਣੇ ਝੁੰਗ ਕਿਉਂ ਪੈਂਦਾ। ਇਹ ਝੁੰਗ ਤੁਹਾਡੇ ਜਦੋਂ ਆਪਾਂ ਪਲੇਟ ਦੀ ਆਪਾਂ ਸਟਿਚਿੰਗ ਕਰਾਂਗੇ ਅਤੇ ਇਹ ਆਪਾਂ ਸਿਲਾਈ ਕਰਾਂਗੇ ਨਾ, ਇਹ ਵਾਲੇ ਝੁੰਗ ਨਹੀਂ ਪਊਗਾ, ਥੋੜ੍ਹੀ ਥੋੜ੍ਹੀ ਆਪਾਂ ਹਲਕੀ ਹਲਕੀ ਸਿਲਾਈ ਲਾਉਣੀ ਹੈ। ਇਹ ਵਾਲੀ ਵੀਡੀਓ ਨੂੰ ਤੁਸੀਂ ਸਾਰੀ ਵੀਡੀਓ ਜ਼ਰੂਰ ਵੇਖਣਾ ਜੀ, ਪੂਰੀ ਵੀਡੀਓ ਵੇਖਿਆ ਕਰੋ, ਅਤੇ ਅਸੀਂ ਹੋਰ ਵੀਡੀਓ ਨਾਲ ਮਿਲਦੇ ਹਾਂ। ਥੈਂਕ ਯੂ ਜੀ, ਧੰਨਵਾਦ।